ਸਰ ਨਾ ਜਾਣਾ ਤੂੰ ਵਡ ਦਾਣਾ ਕਰ ਮਿਹਰੰਮਤ ਸਾਈਂ ਕਿਰਪਾ ਕੀ ਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈਂ ਗਰਬ ਨਾ ਕੀਜੈ ਰੇਣ ਹੋਵੀਜੈ ਸਗਤ ਜਿਰੇ ਤੇਰੀ ਸਭ ਉਪਰ ਨਾਨਕ ਕਾਠਾਪੁਰ ਮੈਂ ਜਹੀ ਕਹਣ ਛੇਰੀ ਰਾਮ ਮਨ ਮੁਖ ਮਾਨਸ ਦੇਹਤੇ ਪਸ਼ੂ ਪਰੇ ਤਯ ਚੇਤ ਚੰਗੇਰੇ ਪਸ਼ੂ ਨਮੰਗੈ ਪਸ਼ੂ ਤੇ ਪੰਖੇ ਰੂਪ ਪੰਖੇ ਰੂਪ ਕੇਰੇ 84 ਲਖ ਜੂਨ ਵਿੱਚ ਉਤਮ ਮਾਨਸ ਜੂਨ ਭਲੇਰੇ ਉਤਮ ਮਨ ਬਚ ਕਰਮ ਕਰ ਜਨਮ ਮਰਨ ਭਵ ਜਲ ਲਖ ਫੇਰੇ ਰਾਜ ਪਰਜਾ ਹੋਏ ਕੈ ਸੁਖ ਵਿੱਚ ਦੁਖ ਹੋਏ ਭਲੇ ਭਲੇ ਰੇ ਕੁੱਤਾ ਰਾਜ ਬਹਾਲੀਐ ਚੱਕੀ ਚਟਣ ਜਾਏ ਅਨਹੇਰੇ ਗੁਰ ਪੂਰੇ ਵਿਣ ਗਰਭ ਵਸੇ ਰੇ ਗੁਰ ਪੂਰੇ ਵਿਣ ਗਰਭ ਵਸੇ ਰੇ ਹਮ ਅਬ ਗੁਣ ਭਰੇ ਅਮਰਤ ਛਾਡ ਬਖੈ ਬਖ ਮਾਰਾ ਮੋਹ ਪਰਮ ਪਰ ਭੂਲੇ ਸਤਿ ਦਰਸਿਓ ਪ੍ਰੀਤ ਇਕਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰਖ ਸਰਨਾਈ ਸੁਖ ਹਟਲ ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂਪ ਕ ਜਨਮ ਮਰਨ ਦੁਖ ਜਾਏ ਬਸ ਫਤਖ ਸੰਮਦੀ ਨੂਰੇ ਅਰਸਾ ਕੋਰ ਸੌ ਚੱਟੀ ਐ ਤੁੱਤ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਚਾਨ ਸੱਚਾ ਪਾਤ ਸਾਹ ਸਿਰ ਸਾਹੰਦ ਸਾਹੋ ਜਿਸ ਪਾਸ ਬਹਠਿਆ ਸੋਹੀ ਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ එක ඕවංකාර සතගොර පරසාද රාග අස්ස ශන්තකාර දු්ජා තු සබනීතායි ਜਿਥਾ ਹੁ ਜਾਈ ਸਾਚਾ ਸਿਰਜਨਹਾਰ ਜੀਓ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਬਿਸਾਰਨਹਾਰ ਜੀਓ तूं सभनी थाई जिथे हाई साचा सिर जनार जियो सबनाका दाता कर्म बिदाख बसार न हार जियो ਦੁਖ ਬਿਸਾਰ ਨਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾ ਕੇਰੇ ਏਕ ਕੜੀ ਮਹਿ ਖੋਵੈ ਹੰਸ ਜੇ ਹੰਸਾ ਬੱਗ ਸੇ ਬੱਗਾ ਘਾਟ ਘਾਟ ਕਰੇ ਵਿਚਾਰ ਜੀਓ ਤੋਂ ਸਭਨੀ ਥਾਈ ਜਿੱਥੈ ਹਾਂ ਜਾਇ ਸਾਚ ਸਿਰਜਨਹਾਰ ਜਿਓ ਜਿਨ ਇਕ ਮਨ ਧਾਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬ ਹੂ ਨ ਆਵਹਿ ਹਾਰ ਜਿਓ ਇਕ ਕਬਹੂ ਨਾ ਹਾਰੈ ਹਰ ਹਰ ਗੁਣ ਸਾਰੈ ਤਿੰਨ ਜਮਨੇੜ ਨਾ ਆਵੈ ਜਮਨ ਮਰਨ ਤਿੰਨਾ ਕਾ ਚੂਕਾ ਜੋ ਹਰ ਲਾਗੇ ਪਾਵੈ ਗੁਰਮਤਿ ਹਾਰ ਰਸ ਹਾਰ ਫਲ ਪਾਇਆ ਹਰ ਹਰ ਨਾਮ ਉਰਤਾਰ ਜਿਓ ਜਿਨ ਇੱਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਜਿਨ ਜਗਤੀ ਉਪਾਇਆ ਧੰਦਾ ਲਾਇਆ ਤਿਸੈ ਵਿਟਹੁ ਕੁਰਬਾਨ ਜਿਓ ਤਾਂ ਕੀ ਸੇਵ ਕਰਿ ਜੈ ਲਾ ਹਾਲੀਜ ਹਾਰ ਦਰਗਹਿ ਪਾਈਏ ਮਾਨ ਜਿਓ ਹਾਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਨ ਓਹ ਨਾਮ ਨਿਦ ਪਾਵੇ ਗੁਰਮਤਿ ਹਰ ਧਿਆਵੇ ਨਿਤ ਹਾਰ ਗੁਣ ਆਖ ਵਖਾਣੈ ਅਹਨੇ ਸਨਾਮ ਤਿਸੇ ਕਾਲੀ ਜੈ ਹਰ ਊਤਮ ਪੁਰਖ ਪਰਧਾਨ ਜਿਓ ਜਿਨ ਜਗਤਿ ਉਪਾਇਆ ਤੰਦੈ ਲਾਇਆ ਹਾ ਤਿਸੈ ਵਿਟਹੁ ਕੁਰਬਾਨ ਜਿਓ ਨਾਮ ਲੈਣ ਸੋਹ ਹੈ ਤਿੰਨ ਸੁਖ ਫਲ ਹੋਵਹਿ ਮਾਨਹਿ ਸੇ ਜਿਨ ਜਾਹੇ ਜੀਉ ਤਿੰਨ ਫਲ ਤੋਟ ਨ ਆਵੈ ਜਾਂ ਤਿਸ ਭਾਵੈ ਸੇ ਜੁਗ ਕੇਤੇ ਜਾਹੇ ਜੀਉ ਜੇ ਜੁਗ ਕੇਤੇ ਜਾਹੇ ਸਵਾਮੀ ਤਿੰਨ ਫਲ ਤੋਟ ਨ ਆਵੈ ਤਿੰਨ ਜਰਾ ਨ ਮਰਨਾ ਨਾਰਕ ਨਾ ਪਰਨਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੇ ਸੂਕੇ ਨਾਹੀ ਨਾਨਕ ਪੀੜ ਨਾ ਖਾਹਿ ਜੀਉ ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵਹਿ ਮਾਨਹਿ ਸੇ ਜਿਨ ਜਾਹੇ ਜੀਉ ਹਰ ਹਰ ਕਰਹਿ ਸੇ ਸੁਖਹਿ ਨਾਹੀ ਨਾਨਕ ਪੀੜ ਨਾ ਖਾਹਿ ਜੀਉ ਨਾਮ ਲੈਣ ਸੇ ਸੋਹ ਹੈ ਬਿਨ ਸੁਖ ਫਲ ਹੋਵਹਿ ਮਾਨਹਿ ਸੇ ਜੈਨ ਜਾਹ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਤ ਸੰਗਤ ਜਿਓ ਦੇਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝ ਰਹਿਬਰ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਬਿਆ ਮਨ ਭੀਨਾ ਨਿਜ ਘਰ ਆਵੈ ਗੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾਵਰ ਸਕਾਰਥਾ ਕਰ ਰਹੇ ਆਸਾ ਜੀ ਦੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸੰਗਾਂ ਦੀ ਰਸਨਾ ਤੋਂ ਬਹੁਤ ਹੀ ادب ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ ਆਸਾ ਰਾਗ ਦੇ ਛੰਤਾਂ ਚ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਦੀ ਬਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਆਓ ਕੁਝ ਸਮੇਂ ਲਈ ਸੁਰਤیاں ਬਰਤੀਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਨਾਲ ਜੋੜੀਏ ਇਕਾਗਰਤਾ ਬਣਾਉਣ ਨਿਮਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪਰਸਾਦ ਰਾਗ ਆਸਾ ਮਹਾ ਨ ਪਹਿਲਾ ਸ਼ੰਤ ਕਾਰ ਦੂਜਾ ਅਸਤ ਰਗ ਦੇ ਛੰਤ ਪਰੰਭ ਹੋ ਰਹੇ ਨੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਛੰਤ ਆਰੰਭਣ ਤੋਂ ਪਹਿਲਾਂ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਵਸਤੂ ਨਿਰਦੇਸ਼ ਮੰਗਲਾਚਰਨ ਕੀਤਾ ਹੈ ਮੰਗਲਾਚਰਨ ਦੋ ਤਰ੍ਹਾਂ ਦੇ ਸਿਧਾਂਤ ਹਿੰਦੁਸਤਾਨ ਵਿੱਚ ਚੱਲਦੇ ਨੇ ਇੱਕ ਦ્વੈਤ ਇੱਕ ਅਦ્વੈਤ ਇੱਕ ਦ્વੈਤ ਦਾ ਸਿਧਾਂਤ ਹੈ ਇੱਕ ਅਦ્વੈਤ ਦਾ ਸਿਧਾਂਤ ਹੈ ਸਤਿਗੁਰੂ ਗੁਰਨਾਨਕ ਸਾਹਿਬ ਜੀ ਨੇ ਜਿਹੜਾ ਸਿਧਾਂਤ ਧਾਰਨ ਕੀਤਾ ਹੈ ਉਹ ਅਦਵੈਤ ਦਾ ਹੈ ਇੱਕ ਸ਼ਬਦ ਕਹਿਣ ਨਾਲ ਅਦਵੈਤ ਸਿੱਧ ਹੁੰਦੀ ਇੱਕ ਜੋ ਅਦੋਤੀ ਹੈ ਜਿਸ ਵਰਗਾ ਕੋਈ ਦੂਜਾ ਨਹੀਂ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕੁਰ ਸਰਬ ਦਾ ਪ੍ਰਕਾਸ਼ਕ ਹੈ ਜ਼ਰਰੇ ਜ਼ਰਰੇ ਵਿੱਚ ਕਣ ਕਣ ਦੇ ਵਿੱਚ ਵਿਆਪਕ ਹੈ ਹਰ ਸ਼ੈ ਨੂੰ ਪ੍ਰਕਾਸ਼ਣ ਵਾਲਾ ਹੈ ਜੋ ਸਭ ਦਾ ਬੀਜ ਹੈ ਜਿਸ ਤੋਂ ਸਾਰਾ ਸੰਸਾਰ ਪੈਦਾ ਹੋਇਆ ਸਾਰੇ ਬ੍ਰਹਿਮੰਡ ਦੀ ਉਤਪਤੀ ਜਿਸ ਓੰਕਾਰ ਤੋਂ ਹੋਈ ਹੈ ਉਹਨੂੰ ਕਹਿੰਦੇ ਨੇ ਓੰਕਾਰ ਸਤ ਗੁਰ ਪ੍ਰਸਾਦ ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਸਤ ਗੁਰਾਂ ਦੀ ਕਿਰਪਾ ਤੋਂ ਬਿਨਾਂ ਪਰਮ ਪਰਮੇਸ਼ਰ ਦੇ ਸvaroop ਦੀ ਪ੍ਰਾਪਤੀ ਨਹੀਂ ਹੁੰਦੀ। ਤੋ ਆਸਾ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਛੰਤ ਨੇ ਦੂਸਰੇ ਘਰ ਸੁਰ ਤਾਲ ਵਿੱਚ ਇਹਨਾਂ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਇਹ ਮੰਗਲਾ ਚਰਨ ਕਰਕੇ ਸਤਿਗੁਰੂ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਤੋ ਸਬਨੀ ਥਾਈ। ਜਿੱਥਾ ਹਾ ਜਾਈ ਸਾਚ ਸਿਰਜਨਹਾਰ ਜੀਓ ਪੀਰ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਸਵਾਲ ਪੁੱਛਿਆ ਕਈ ਸਵਾਲ ਪੁੱਛੇ ਇੱਕ ਸਵਾਲ ਇਹਨੇ ਵੀ ਪੁੱਛਿਆ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਖੋਦਾ ਕਿੱਥੇ ਰਹਿੰਦਾ ਖੋਦਾ ਕਿੱਥੇ ਰਹਿੰਦਾ ਤਰ ਸਤਿਗੁਰੂ ਜੀ ਕਹਿਣ ਲੱਗੇ ਪੀਰ ਜੀ ਦੂਰੋਂ ਆਇਆ ਚੱਲ ਕੇ ਕੋ ਛਕਾਉਗੇ ਨਹੀਂ ਕਹਿਣ ਲੱਗਾ ਜੀ ਮaaf ਕਰਨਾ ਮੈਂ ਹੁਣੇ ਪ੍ਰਬੰਧ ਕਰਦਾ ਘਰ ਗਿਆ ਦੁੱਧ ਗਰਮ ਕਰਕੇ ਸਤਿਗੁਰਾਂ ਦੇ ਕੋਲ ਲੈ ਆਂਦਾ ਮਹਾਰਾਜ ਜੀ ਦੇ ਅੱਗੇ ਦੁੱਧ ਤਰਿਆ ਕਹਿਣ ਲੱਗਾ ਜੀ ਲੋ ਛਕੋ ਸਤਗੁਰਾਂ ਆਖਿਆ ਪੀਰ ਜੀ ਇਹ ਦੁੱਧ ਅਸੀਂ ਨਹੀਂ ਛਕ ਸਕਦੇ ਕਿਉਂਕਿ ਇਹਦੇ ਵਿੱਚ ਕੁਝ ਹੈ ਉਹਨੇ ਧਿਆਨ ਨਾਲ ਦੁੱਧ ਵੇਖਿਆ ਕਹਿਣ ਲੱਗਾ ਜੀ ਇਹਦੇ 'ਚ ਤਾਂ ਕੁਝ ਨਹੀਂ ਬਿਲਕੁਲ ਸਹੀ ਹੈ ਮਹਾਰਾਜ ਜੀ ਕਹਿੰਦੇ ਨਹੀਂ ਪੀਰ ਜੀ ਕੁਝ ਤਾਂ ਹੈ ਫਿਰ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਮੇਰੇ ਤੇ ਕੋਈ ਸ਼ੰਕਾ ਕਰਦੇ ਹੋ ਕਿ ਮੈਂ ਇਹਦੇ ਵਿੱਚ ਕੁਝ ਪਾਇਆ ਮਹਾਰਾਜ ਜੀ ਮੈਂ ਤਾਂ ਆਪਣੇ ਹੱਥੀਂ ਬੜੀ ਪਵਿੱਤਰਤਾ ਨਾਲ ਇਸ ਦੁੱਧ ਨੂੰ ਗਰਮ ਕਰਕੇ ਲਿਆਇਆ ਖਿਆਲ ਰੱਖ ਕੇ ਮਹਾਰਾਜ ਜੀ ਕਹਿੰਦੇ ਤੈਂ ਨਹੀਂ ਪਾਇਆ ਪਰ ਕੁਦਰਤ ਨੇ ਇਹਦੇ ਵਿੱਚ ਕੁਝ ਪਾਇਆ ਇਹਦੇ ਵਿੱਚ ਕੁਝ ਹੈ ਥੋੜਾ ਜਿਹਾ ਖਿਜਿਆ ਹੋਇਆ ਪੀਰ ਕਹਿਣ ਲੱਗਾ ਫਿਰ ਕੀ ਹੈ ਇਹਦੇ ਚ ਮਹਾਰਾਜ ਜੀ ਕਹਿਣ ਲੱਗੇ ਸਗਲ ਦੁੱਧ ਮੈਂ ਕੀਆ ਇਸ ਦੁੱਧ ਵਿੱਚ ਘਿਓ ਹੈ ਦੱਸਦਾ ਕਿਉਂ ਨਹੀਂ ਭਲਾ ਕਹਿੰਦਾ ਜੀ ਉਹਦੇ ਲਈ ਇਹਨੂੰ ਜਮਾਣਾ ਪਏਗਾ ਰੜਕਣਾ ਪਏਗਾ ਮੱਖਣ ਕੱਢਣਾ ਪਏਗਾ ਫਿਰ ਉਹ ਮੱਖਣ ਗਰਮ ਕਰਨਾ ਪਏਗਾ ਫਿਰ ਜਾ ਕੇ ਘਿਓ ਨਿਕਲਦਾ ਮਹਾਰਾਜ ਜੀ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ ਤੂੰ ਪੁੱਛਿਆ ਸੀ ਖੁਦਾ ਕਿੱਥੇ ਰਹਿੰਦਾ ਹੈ ਖੁਦਾ ਸਾਰੀਆਂ ਥਾਵਾਂ ਤੇ ਰਹਿੰਦਾ ਹੈ ਪਰ ਉਹਨੂੰ ਵੇਖਣ ਵਾਸਤੇ ਉਹਨੂੰ ਜਾਣਨੇ ਵਾਸਤੇ ਪਹਿਲਾਂ ਜਾਗ ਲਾਉਣੀ ਪੈਣੀ ਹੈ ਰੜਕਣਾ ਪੈਣਾ ਹੈ ਫਿਰ ਜਾ ਕੇ ਉਸਨੇ ਪ੍ਰਾਪਤ ਹੋਣਾ ਉਹ ਜਾਗ ਕਿਵੇਂ ਲੱਗਦੀ ਹੈ ਕਿਵੇਂ ਰੜਕਿਆ ਜਾਂਦਾ ਹੈ ਤਾ ਸਹਿਬ ਕਹਿੰਦੇ ਭਾਂਡਾ ਧੋਏ ਬੈਸ ਥੂਪ ਦੇਵ ਤਉ ਦੂਦੈ ਕੋ ਜਾਵ ਦੂਦ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰਨਾਫਲ ਕਾਮਾ ਇਹੋ ਮਨ ਇੰਟੀ ਹਾਥ ਕਰੋ ਪੁਨ ਨੇਤਰੁ ਹੁ ਨੀਂਦ ਨ ਆਵੈ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦੇ ਅੰਮ੍ਰਿਤ ਪਾਵ ਕਹਿੰਦੇ ਇਦਾਂ ਇਸ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਹੈ ਜਿਨ੍ਹਾਂ ਨੇ ਇਸ ਤਰੀਕੇ ਨਾਲ ਆਪਣੇ ਅੰਦਰੋਂ ਪਰਮੇਸ਼ਰ ਦਾ ਸਾਖਸ਼ਾਤਕਾਰ ਕਰ ਲਿਆ ਉਹਨਾਂ ਦੀ ਇਹ ਦ੍ਰਿਸ਼ਟੀ ਬਣ ਗਈ ਉਹਨਾਂ ਦੀ ਪਰਮਾਤਮਾ ਨੇ ਨਿਗਾ ਬਣਾ ਦਿੱਤੀ ਫੇਰ ਉਹ ਕਹਿੰਦੇ ਨੇ ਤੂੰ ਸਭ ਨਹੀਂ ਥਾਈਂ ਜਿੱਥੇ ਹੋ ਜਾਈਂ ਮੈਂ ਜਿੱਥੇ ਵੀ ਜਾਂਦਾ ਹਾਂ ਇਹ ਮੇਰੇ ਪ੍ਰਭੂ ਤੂੰ ਸਰਬ ਥਾਵਾਤੇ ਸਭ ਜਗਾਂ ਮਾਤੇਂ ਜਦੋਂ ਪੰਜਾਂ ਤੱਤਾਂ ਦੀ ਗੱਲ ਕਰੀਏ ਤੇ ਪਹਿਲਾ ਇਹ ਧਰਤੀ ਹੈ ਧਰਤੀ ਸਥੂਲ ਹੈ ਕਿਸੇ ਕੱਪੜੇ ਦੇ ਵਿੱਚ ਇਹਦੀ ਮਿੱਟੀ ਨੂੰ ਇਕੱਠਾ ਕਰਕੇ ਰੱਖਿਆ ਜਾ ਸਕਦਾ ਪਰ ਧਰਤੀ ਨਾਲੋਂ ਸੂਖਮ ਹੈ ਜਲ ਜਲ ਨੂੰ ਤੁਸੀਂ ਕੱਪੜੇ 'ਚ ਇਕੱਠਾ ਨਹੀਂ ਕਰ ਸਕਦੇ ਔਰ ਸੂਖਮ ਹੋਣ ਕਰਕੇ ਧਰਤੀ ਨਾਲੋਂ ਜਲ ਵੱਧ ਧਰਤੀ ਨਾੜੋ ਕਈ ਗੁਣਾ ਵੱਧ ਚਾਲ ਹੈ ਕਿਉਂਕਿ ਉਹਦੇ ਨਾਲੋਂ ਸੂਖਮ ਵੀ ਹੈ ਜਿੰਨੀ ਸੂਖਮ ਹੋਵੇਗੀ ਕੋਈ ਵਸਤੂ ਉਹ ਨਹੀਂ ਉਹ ਸਥੂਲ ਤੋਂ ਵੱਧ ਹੋਵੇਗੀ ਜਲ ਸੂਖਮ ਹੈ ਧਰਤੀ ਨਾਲੋਂ ਇਹਨੂੰ ਤੁਸੀਂ ਕੱਪੜੇ 'ਚ ਇਕੱਠਾ ਨਹੀਂ ਕਰ ਸਕਦੇ ਇਸ ਜਲ ਨੂੰ ਤੁਸੀਂ ਘੜੇ ਵਿੱਚ ਇਕੱਠਾ ਕਰਕੇ ਰੱਖ ਸਕਦੇ ਜਲ ਨਾਲੋਂ ਸੂਖਮ ਹੈ ਅਗਨੀ ਕਿਉਂਕਿ ਅਗਨੀ ਤੁਸੀਂ ਘੜੇ ਵਿੱਚ ਵੀ ਇਕੱਠੀ ਕਰਕੇ ਨਹੀਂ ਰੱਖ ਸਕਦੇ ਪਰ ਜਲ ਨਾਲੋਂ ਕਈ ਗੁਣਾ ਵੱਧ ਹੈ ਅਗਨੀ ਸੂਖਮ ਹੈ ਪਰ ਉਹਦੇ ਨਾਲੋਂ ਵੱਧ ਹੈ ਉਹਦਾ ਵਿਸਥਾਰ ਵੱਧ ਹੈ ਕਿਉਂਕਿ ਜਲ ਕਰਕੇ ਹੀ ਅਗਨੀ ਕਰਕੇ ਹੀ ਜਲ ਉਤਪੰਨ ਹੋ ਜਾਂਦਾ ਹੈ ਸਰੀਰ 'ਚ ਗਰਮੀ ਵਧੇ ਪਸੀਨਾ ਆਉਂਦਾ ਜਲ ਦੇ ਰੂਪ ਵਿੱਚ ਅਗਨੀ ਜਲ ਨਾਲੋਂ ਵੀ ਸੂਖਸ਼ਮ ਅਗਨੀ ਦੇ ਅੰਗਾਰਾਂ ਨੂੰ ਤੁਸੀਂ ਕਿਸੇ ਲੋਹੇ ਦੇ ਬਰਤਨ 'ਚ ਰੱਖ ਸਕਦੇ ਹੋ ਪਰ ਅਗਨੀ ਨਾਲੋਂ ਵੱਧ ਸੂਖਸ਼ਮ ਹੈ ਹਵਾ ਜੇ ਨੂੰ ਤੁਸੀਂ ਕਿਸੇ ਵੀ ਭਾਂਡੇ 'ਚ ਇਕੱਠਾ ਕਰਕੇ ਨਹੀਂ ਰੱਖ ਸਕਦੇ ਉਹਨੂੰ ਤੁਸੀਂ ਅੱਖਾਂ ਨਾਲ ਵੇਖ ਵੀ ਨਹੀਂ ਸਕਦੇ। ਔਰ ਅਗਨੀ ਨਾਲੋਂ ਸੂਖਮ ਹੋਣ ਕਰਕੇ ਹਵਾ ਬਹੁਤ ਜ਼ਿਆਦਾ ਵਿਸਥਾਰ ਵਿੱਚ ਹੈ ਕਿਉਂਕਿ ਜੇ ਹਵਾ ਨਾ ਹੋਵੇ ਤੇ ਅਗਨੀ ਨਹੀਂ ਹੋ ਸਕਦੀ। ਹਵਾ ਕਰਕੇ ਅਗਨੀ ਹਵਾ ਅਗਨੀ ਨਾਲੋਂ ਵੀ ਵੱਧ ਹੈ ਉਹਦਾ ਵਿਸਥਾਰ ਪੂਰੇ ਪੁਲਾੜ ਦੇ ਵਿੱਚ ਹੈ ਪੂਰੀ ਥਾਂ ਮਤੇ ਇਹਨੂੰ ਤੁਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ ਕਿਉਂਕਿ ਅਗਨੀ ਨੂੰ ਤੁਸੀਂ ਵੇਖ ਸਕਦੇ ਹੋ ਅੱਖਾਂ ਨਾਲ ਪਰ ਇਹਨੂੰ ਅੱਖਾਂ ਨਾਲ ਵੇਖ ਵੀ ਨਹੀਂ ਸਕਦੇ ਇਤਨੇ ਸੂਖਸ਼ਮ ਹੈ ਹਵਾ ਤੁਸੀਂ ਅੱਖਾਂ ਨਾਲ ਤਾਂ ਨਹੀਂ ਵੇਖ ਸਕਦੇ ਹਵਾ ਨੂੰ ਪਰ ਚਮੜੀ ਨਾਲ ਸਪਰਸ਼ ਕਰ ਸਕਦੇ ਹੋ ਵੀ ਇਸ ਵੇਲੇ ਹਵਾ ਠੰਡੀ ਹੈ ਜਾਂ ਗਰਮ ਹੈ ਮਹਿਸੂਸ ਕਰ ਸਕਦੇ ਇਸ ਕਰਕੇ ਹਵਾ ਨਾਲੋਂ ਵੀ ਵੱਧ ਸੂਖਸ਼ਮ ਹੈ ਆਕਾਸ਼ ਪੰਜਵਾਂ ਤਤ ਆਕਾਸ਼ ਉਹ ਹਵਾ ਨਾਲੋਂ ਵੀ ਵੱਧ ਸੂਖਸ਼ਮ ਹੈ ਇਤਨਾ ਸੂਖਸ਼ਮ ਕਿ ਤੁਸੀਂ ਇਹਨੂੰ ਚਮੜੀ ਨਾਲ ਸਪਰਸ਼ ਵੀ ਨਹੀਂ ਕਰ ਸਕਦੇ ਹਵਾ ਤੁਹਾਡੀ ਚਮੜੀ ਨੂੰ ਛੂਹੇ ਪਤਾ ਲੱਗਦਾ ਵੀ ਹਵਾ ਆ ਰਹੀ ਹੈ ਹਵਾ ਚੱਲ ਰਹੀ ਹੈ ਆਕਾਸ਼ ਸਾਡੀ ਚਮੜੀ ਨੂੰ ਛੂਹੀ ਵੀ ਜਾਏ ਸਾਨੂੰ ਇਹਦਾ बोध ਨਹੀਂ ਹੈ ਇਤਨਾ ਸੂਖਸ਼ਮ ਔਰ ਹਵਾ ਨਾਲੋਂ ਆਕਾਸ਼ ਸੂਖਸ਼ਮ ਹੋਣ ਕਰਕੇ ਇਹਦੇ ਨਾਲੋਂ ਇਹਦਾ ਵੱਧ ਵਿਸਥਾਰ ਹੈ ਆਕਾਸ਼ ਦਾ ਹਵਾ ਕੁਝ ਥਾਵਾਂ ਐਸੀਆਂ ਨੇ ਆਕਾਸ਼ ਵਿੱਚ ਜਿੱਥੇ ਜਾ ਕੇ ਹਵਾ ਨਹੀਂ ਰਹਿ ਜਾਂਦੀ ਕੇਵਲ ਆਕਾਸ਼ ਹੀ ਆਕਾਸ਼ ਆਕਾਸ਼ ਦਾ ਵਿਸਥਾਰ ਵੱਧ ਆਕਾਸ਼ ਸੂਖਸ਼ਮ ਹੈ ਹਵਾ ਨਾਲੋਂ ਵੀ ਤੁਸੀਂ ਇਹਨੂੰ ਚਮੜੀ ਨਾਲ ਜਾਂ ਇੰਦਰੀਆਂ ਨਾਲ ਗ੍ਰਹਿਣ ਨਹੀਂ ਕਰ ਸਕਦੇ ਪਰ ਹਾਂ ਮਨ ਕਰਕੇ ਮਹਿਸੂਸ ਕਰ ਸਕਦੇ ਹੋ ਕਿ ਆਲੇ ਦੁਆਲੇ ਜਿਹੜੀ ਖਾਲੀ ਜਗ੍ਹਾ ਹੈ ਆਕਾਸ਼ ਹੈ ਪਰਮਾਤਮਾ ਆਕਾਸ਼ ਨਾਲੋਂ ਵੀ ਵੱਧ ਸੂਖਸ਼ਮ ਹੈ ਜਿਸ ਨੂੰ ਤੁਸੀਂ ਮਨ ਕਰਕੇ ਵੀ अनुभव ਨਹੀਂ ਕਰ ਸਕਦੇ ਗ੍ਰਹਿਣ ਨਹੀਂ ਕਰ ਸਕਦੇ ਤੇ ਆਕਾਸ਼ ਨਾਲੋਂ ਵੱਧ ਸੂਖਸ਼ਮ ਹੋਣ ਕਰਕੇ ਉਹ ਆਕਾਸ਼ ਨਾਲੋਂ ਵੀ ਜ਼ਿਆਦਾ ਵਿਆਪਕ ਹੈ ਔਰ ਸਰਬਥਾਵਾਂ ਤੇ ਹੈ ਕੋਈ ਸ਼ੈ ਜਿਤਨੀ ਸੂਖਸ਼ਮ ਹੁੰਦੀ ਚਲੀ ਜਾਂਦੀ ਹੈ ਉਹਦਾ ਵਿਸਥਾਰ ਉਤਨਾ ਹੀ ਵੱਧਾ ਚੱਲਿਆ ਜਾਂਦਾ ਹੈ ਤੋ ਅਕਾਲਪੁਰਖ ਸੂਖਮ ਤੋਂ ਸੂਖਮ ਹੈ ਸੂਖਮ ਸੂਖਮ ਤੇ ਸੂਖਮ ਕਰ ਚਿੰਨ ਸੂਖਸ਼ਮ ਤੋਂ ਸੂਖਸ਼ਮ ਜਿਤਨਾ ਸੂਖਮ ਹੋਇਆ ਫਿਰ ਉਹ ਸਰਬ ਥਾਈ ਵਿਆਪਕ ਹੋਇਆ ਇਸ ਕਰਕੇ ਕਹਿ ਰਹੇ ਨੇ ਤੂੰ ਸਭਨੀ ਥਾਈ ਜਥੈ ਹੋ ਜਾਈ ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਸਰਬ ਥਾਵਾਂ ਤੇ ਹੈ ਸਰਬ ਜਗਾਂ ਬਾਤੇ ਹੈ ਸੱਚਾ ਸਿਰਜਣਹਾਰ ਜੀਓ ਤੂੰ ਸੱਚਾ ਹੈ ਔਰ ਸਾਰੇ ਜਗਤ ਨੂੰ ਸਿਰਜਣ ਵਾਲਾ ਹੈ ਤੇਰੇ ਵਰਗਾ ਕੋਈ ਦੂਸਰਾ ਸਿਰਜਣਹਾਰ ਨਹੀਂ ਹੈ ਤੂੰ ਹੀ ਸਾਰੇ ਜਗਤ ਦਾ ਸਿਰਜਣਹਾਰ ਕਰਤਾ ਹੈ ਸਬਨਾ ਕਾ ਦਾਤਾ ਕਰਮ ਬਿਦਾਤਾ ਦੁਖ ਬਿਸਾਰਨ ਹਾਰ ਜਿਓ ਤੂੰ ਸੰਸਾਰ ਦੇ ਸਮਸਤ ਜੀਵਾਂ ਦਾ ਦਾਤਾ ਹੈ ਸਭ ਨੂੰ ਦਾਤਾ ਦੇ ਕੇ ਨਵਾਜਦਾ ਜੇ ਕਹੋ ਕਿ ਉਹ ਸਾਰੇ ਸੰਸਾਰ ਦੇ ਜੀਵਾਂ ਦਾ ਦਾਤਾ ਹੈ ਪਰ ਸਾਰਿਆਂ ਨੂੰ ਇੱਕੋ ਜਿਹਾ ਕਿਉਂ ਨਹੀਂ ਦੇ ਰਿਹਾ ਇੱਕੋ ਜਿਹਾ ਕਿਉਂ ਨਹੀਂ ਦੇ ਰਿਹਾ ਫਿਰ ਕੀ ਉਹ ਦਵੰਜ ਰਖਸਦ ਹੈ ਕਿ ਕਿਸੇ ਨੂੰ ਤਾਂ ਬੜੇ ਸੋਹਣੇ ਮਹਿਲ ਦਿੱਤੇ ਨੇ ਰਹਿਣ ਨੂੰ ਤੇ ਕਿਸੇ ਦੇ ਸਿਰ ਤੇ ਪ੍ਰਾਲੀ ਵੀ ਨਹੀਂ ਹੈ ਕਿਸੇ ਨੂੰ ਖਾਣ ਲਈ 36 ਪ੍ਰਕਾਰ ਦੇ ਭੋਜਨ ਦਿੱਤੇ ਨੇ ਤੇ ਕਿਸੇ ਲਈ ਰੁੱਖੀ ਰੋਟੀ ਵੀ ਨਹੀਂ ਕਿਸੇ ਨੂੰ ਸਵਣ ਲਈ ਸੋਨੇ ਦੇ ਪਲੰਗੇ ਦਿੱਤੇ ਹੋਏ ਨੇ ਤੇ ਕਿਸੇ ਕੋਲ ਪੈਣ ਵਾਸਤੇ ਥੱਲੇ ਜ਼ਮੀਨ ਤੇ ਵਿਛਾਉਣ ਲਈ ਦੱਬ ਵੀ ਨਹੀਂ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਇਹ ਕਿਹੋ ਜਿਹਾ ਖੇਡ ਹੈ ਕਿ ਪਾਰਬ੍ਰਮ ਪਰਮੇਸ਼ਰ ਨੇ ਅਕਾਲ ਪੁਰਖ ਨੇ ਦਵੰਦ ਰੱਖਿਆ ਹੈ ਨਹੀਂ ਉਹ ਦੇ ਰਹਾ ਹੈ ਕੇਵਲ ਲੈਣ ਵਾਲੇ ਆਪੋ ਆਪਣੇ ਕੀਤੇ ਕਰਮਾਂ ਮੁਤਾਬਕ ਲੈ ਰਹੇ ਨੇ ਆਪੋ ਆਪਣੇ ਕੀਤੇ ਕਰਮਾਂ ਮੁਤਾਬ ਕੁੰਮਾਰ ਹੈ ਇੱਕ ਜੋ ਮਾਟੀ ਗੁੰਦੀ ਇੱਕ কুমਾਰ ਜਦੋਂ ਮਿੱਟੀ ਤੋਂ ਘੜੇ ਬਣਾਉਂਦਾ ਸਾਰੇ ਕੁਝ ਬਣਾਉਂਦਾ ਕਿਸੇ ਘੜੇ ਵਿੱਚ ਮੋਤੀ ਪਾ ਕੇ ਰੱਖੇ ਜਾਂਦੇ ਨੇ ਕਿਸੇ 'ਚ ਪਾਣੀ ਪਾ ਕੇ ਰੱਖਿਆ ਜਾਂਦਾ ਤਾਂ ਕਿਸੇ 'ਚ ਖੇ ਪਾ ਕੇ ਰੱਖੀ ਜਾਂਦੀ ਪਰਮ ਪਰਮੇਸ਼ਰ ਨੇ ਸਭ ਮਨੁੱਖ ਪੈਦਾ ਕੀਤੇ ਪੰਜਾਂ ਤਤਾਂ ਤੋਂ ਕਿਸੇ ਨਾਲ ਵਿਤਕਰਾ ਨਹੀਂ ਰੱਖਿਆ ਕਿ ਇੱਕ ਅਦੇ ਮਨੁੱਖ ਨੂੰ ਚਾਰ ਤੱਤਾਂ ਨਾਲ ਬਣਾ ਦਿੱਤਾ ਹੋਵੇ ਤੇ ਇੱਕ ਨੂੰ ਪੰਜਾਂ ਨਾਲ ਤੇ ਇੱਕ ਨੂੰ ਤਿੰਨਾਂ ਨਾਲ ਬਣਾਏ ਸਭ ਪੰਜਾਂ ਤੱਤਾਂ ਤੋਂ ਨੇ ਪਰ ਜੀਵ ਦੇ ਆਪਣੇ ਕੀਤੇ ਕਰਮਾਂ ਮੁਤਾਬਕ ਸਭ ਨੂੰ ਦਾਨ ਪ੍ਰਾਪਤ ਹੋ ਰਿਹਾ ਹੈ ਇੱਕ ਮਹਾਤਮਾ ਕਹਿਣ ਲੱਗੇ ਆਪਣੇ ਸ਼ਿਸ਼ ਨੂੰ ਕਹਿੰਦੇ ਤੈਨੂੰ ਮੈਂ 10000 ਰੁਪਇਆ ਦੇ ਦਿਆਂ ਉਹ ਕਹਿੰਦਾ ਜੀ ਨਹੀਂ ਚੱਲ 10 ਨਹੀਂ ਤਾਂ 5 ਲੈ ਲੈ ਕਹਿੰਦਾ 5 ਵੀ ਨਹੀਂ ਉਹ ਕਹਿੰਦਾ 5 ਨਹੀਂ ਤਾਂ 2 ਲੈ ਲੈ ਕਹਿੰਦਾ ਨਹੀਂ 2 ਵੀ ਨਹੀਂ 1000 ਲੈ ਲੈ ਕਹਿੰਦਾ ਨਹੀਂ 500 ਤਾਂ ਲੈ ਲੈ ਕਹਿੰਦਾ 500 ਵੀ ਨਹੀਂ 100 ਲੈ ਲੈ ਕਹਿੰਦਾ ਚਲੋ 100 ਰੁਪਇਆ ਦੇ ਦਿਓ ਉਹ ਕਹਿੰਦੇ ਤੂੰ 10000 ਛੱਡ ਕੇ 100 ਕਿਉਂ ਲੈਣਾ ਕਹਿੰਦਾ ਮੇਰੀ ਔਕਾਤ ਹੀ 100 ਰੁਪਇਆ ਲੈਣ ਦੀ ਹੈ 10000 ਵਾਲੀ ਹੈ ਹੀ ਨਹੀਂ ਮੈਂ ਔਕਾਤ ਹੀ ਇੰਨੀ ਰੱਖਦਾ ਕਿ 100 ਰੁਪਇਆ ਮਿਲੇ ਦਾਤੇ ਨੇ ਤਾਂ ਬਿਆੰਤ ਭੰਡਾਰੇ ਖੋਲੇ ਨੇ ਔਕਾਤ ਸਾਡੀ ਹੈ ਕਿ ਅਸੀਂ ਔਕਾਤ ਕਿੰਨੀ ਕੁ ਰੱਖਦੇ ਹਾਂ ਲੈਣ ਵਾਲੀ ਉਹਦੇ ਕੋਲ ਕੋਈ ਕਮੀ ਨਹੀਂ ਉਹਦੇ ਤਾਂ ਭੰਡਾਰੇ ਲਬ ਲਬ ਭਰੇ ਪਏ ਨੇ ਸਾਰੇ ਸੰਸਾਰ ਨੂੰ ਦੇ ਰਿਹਾ ਹੈ ਸਾਡੀ ਔਕਾਤ ਕਿੰਨੀ ਹੈ ਕਿ ਅਸੀਂ ਕਿੰਨਾ ਕੁ ਲੈ ਸਕਦੇ ਹਾਂ ਕਿੰਨਾ ਕੁ ਹਜਮ ਕਰ ਸਕਦੇ ਹਾਂ ਸਾਡੇ ਕੋਲ ਭਾਂਡਾ ਕਿੰਨਾ ਕੁ ਹੈ ਅਸੀਂ ਉਹਦੇ ਵਿੱਚ ਕਿੰਨੀ ਕੁ ਵਸਤੂ ਪਾ ਸਕਦੇ ਹਾਂ ਉਹਦੇ ਕੋਲ ਕੋਈ ਕਮੀ ਨਹੀਂ ਉਹ ਸੰਸਾਰ ਦੇ ਸਭਨਾ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਭਨਾ ਦਾ ਦਾਤਾ ਹੈ ਔਰ ਕਰਮ ਵਿਧਾਤਾ ਹੈ ਜੈਸੇ ਜੈਸੇ ਜੀਵਾਂ ਨੇ ਕਰਮ ਕੀਤੇ ਹੈ ਉਹਨਾਂ ਕਰਮਾਂ ਦੇ ਮੁਤਾਬਕ ਜੀਵਾਂ ਨੂੰ ਵਿਧੀਪੂਰਵਕ ਢੰਗ ਨਾਲ দান ਦੇਣ ਵਾਲਾ ਦੁੱਖ ਵਿਸਾਰਣਹਾਰ ਜੀਵ ਉਹ ਐਸਾ ਹੈ ਕਿ ਸਾਡੇ ਸਾਰੇ ਦੁੱਖਾਂ ਨੂੰ ਵਿਸਾਰਣ ਦੀ ਸਬਰਥਾ ਰੱਖਦਾ ਹੈ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਹੈ ਉਹ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਸਾਡੇ ਦੁੱਖਾਂ ਨੂੰ ਵਿਸਾਰਨੇ ਵਾਲਾ ਹੈ ਹਾਂਜੀ ਦੁਖ ਬਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਦੁੱਖਾਂ ਨੂੰ ਬਿਸਾਰਨੇ ਵਾਲਾ ਹੈ ਉਹ ਸੁਆਮੀ ਜਿਸ ਦਾ ਕੀਤਾ ਹੋਇਆ ਏ ਸਾਰਾ ਕੁਝ ਹੋ ਰਿਹਾ ਹੈ ਕੀਤਾ ਜਾ ਕਾ ਹੋਵੈ ਜਿਸ ਦਾ ਕੀਤਾ ਹੋਇਆ ਏ ਸਾਰਾ ਸੰਸਾਰ ਹੋਇਆ ਤੇ ਹੋ ਰਿਹਾ ਹੈ ਜਿਸ ਦੇ ਕੀਤਿਆਂ ਤੇ ਆਉਣ ਵਾਲਾ ਸਮਾ ਜਿਹੜਾ ਆਉਣਾ ਹੈ ਉਹਦੇ ਵਿੱਚ ਵੀ ਉਹੀ ਹੋਣਾ ਜੋ ਉਸਨੇ ਕਰਨਾ ਹੈ ਹਾਂਜੀ ਕੋਟਾ ਕੋਟੰਤਰ ਪਾਪਾਂ ਕੇਰੇ ਇੱਕ ਕਾੜੀ ਮਹਿ ਖੋਵੈ ਕਰੋੜਾਂ ਤੋਂ ਕਰੋੜਾਂ ਪਾਪ ਸਾਡੇ ਕੀਤੇ ਹੋਏ ਨੇ ਉਹਨਾਂ ਕਰੋੜਾਂ ਪਾਪਾਂ ਨੂੰ ਪਰਮੇਸ਼ਰ ਦਾ ਭਜਨ ਇੱਕ ਘੜੀ ਮਾਤਰ ਕੀਤਾ ਵੀ ਭਜਨ ਸਾਡੇ ਕਰੋੜਾਂ ਪਾਪਾਂ ਨੂੰ ਖੋਹ ਦਿੰਦਾ ਹੈ ਸਾਡੇ ਕਰੋੜਾਂ ਪਾਪਾਂ ਦਾ ਨਾਸ਼ ਕਰਕੇ ਤਿਸ ਨੂੰ ਦਗਦ ਕਰਕੇ ਸੁਆਹ ਕਰ ਦਿੰਦਾ ਹੈ ਪਰਮੇਸ਼ਰ ਦਾ ਨਾਮ ਸਾਡੇ ਕਰੋੜਾਂ ਪਾਪਾਂ ਨੂੰ ਘੜੀ ਮਾਤਰ ਦੇ ਸਮਰਨੇ ਨਾਲ ਹੀ ਅਕਾਲ ਪੁਰਖ ਜੀ ਦੇ ਜਾਪ ਨਾਲ ਸਾਰੇ ਕੀਤੇ ਹੋਏ ਪਾਪ ਨਸ਼ਟ ਪ੍ਰਸ਼ਟ ਹੋ ਜਾਂਦੇ ਹਨ ਹੰਸ ਸੇ ਹੰਸਾ ਬੱਗ ਸੇ ਬਗਾ ਘਟ ਘਟ ਕਰੇ ਵਿਚਾਰ ਜੀਉ ਕਿਤਨੇ ਸੰਸਾਰ ਦੇ ਜੀਵ ਨੇ ਘਟ ਘਟ ਦੀ ਉਹ ਵਿਚਾਰ ਕਰਦਾ ਸਭ ਦੇ ਅੰਦਰ ਨੂੰ ਜਾਣਦਾ ਸਭ ਦੇ ਘਟ ਦੀ ਵਿਚਾਰ ਕਰਕੇ ਉਹ ਜਾਣਦਾ ਕਿਹੜੇ ਹੰਸ ਨੇ ਤੇ ਕਿਹੜੇ ਬਗਲੇ ਆ ਕਿਹੜੇ ਹਾਂਸਾਂ ਵਿੱਚ ਹੰਸ ਨੇ ਜਿਹੜੇ ਸ਼੍ਰੇਸ਼ਟ ਵਿਚਾਰ ਨੂੰ ਧਾਰਨ ਕਰਦੇ ਨੇ ਕਿਹੜੇ ਬਗਲਿਆਂ ਵਿੱਚੋਂ ਵੀ ਬਗਲੇ ਕਾਂ ਵਾਂਗੂ ਨੀਚ ਨੇ ਜਿਹੜੇ ਨਖਿੱਧ ਵਿਚਾਰਾਂ ਨੂੰ ਆਪਣੇ ਅੰਦਰ ਧਾਰਨ ਕਰਦੇ ਉਹਦੇ ਅੱਗੇ ਕਹਿਣ ਦੀ ਲੋੜ ਨਹੀਂ ਕਿ ਜੀ ਇਹ ਹਾਂਸ ਹੈ ਤੇ ਬਗਲਾ ਹੈ ਉਹਨੂੰ ਪਤਾ ਕਿ ਹਾਂਸਾਂ ਵਿੱਚ ਹੰਸ ਕਿਹੜਾ ਹੈ ਤੇ ਬਗਲਿਆਂ 'ਚ ਬਗਲਾ ਕਿਹੜਾ ਕੱਲੇ-ਕੱਲੇ ਦੀ ਵਿਚਾਰ ਕਰਦਾ ਉਹ ਕਹਾਵਤ ਨਹੀਂ ਜਿਵੇਂ ਜਿਹਦੇ ਬਾਰੇ ਕੋਈ ਬੰਦਾ ਚੰਗੀ ਤਰ੍ਹਾਂ ਜਾਣਦਾ ਹੋਵੇ ਤੇ ਉਹਦੇ ਬਾਰੇ ਕਹਾਵਤ ਕਹਿੰਦਾ ਉਹ ਕਹਿੰਦਾ ਮੈਂ ਫਲਾਣੇ ਨੂੰ ਚੰਗੀ ਤਰ੍ਹਾਂ ਜਾਣਦਾ ਘਰ ਦੇ ਬੱਚੇ ਦੇ ਦੰਦ ਗਿਣੇ ਹੁੰਦੇ ਕਹਿ ਦਿੰਦੇ ਨਾ ਆਪਣੀ ਕਹਾਵਤ ਕਿ ਘਰ ਦੇ ਬੱਚੇ ਦੇ ਦੰਦ ਗਿਣੇ ਹੁੰਦੇ ਪਤਾ ਨਹੀਂ ਉਹਦੇ ਮੂੰਹ 'ਚ ਕਿੰਨੇ ਦੰਦ ਹੈ ਕਿੰਨੀ ਉਮਰ ਦਾ ਹੈ ਰਮਾਤਮਾ ਕਾਲਪੁਰਖ ਸਾਰਿਆਂ ਦੇ ਬਾਰੇ ਜਾਣਦਾ ਵੀ ਕਿਹੜਾ ਬਗਲ ਹੈ ਤੇ ਕਿਹੜਾ ਹੰਸ ਹੈ। ਬਾਹਰੋਂ ਅਸੀਂ ਹੰਸ ਬਣ ਕੇ ਹੋਈਏ ਅੰਦਰੋਂ ਬਗਲੇ ਤੇ ਹੰਸ ਬਣ ਕੇ ਜਿੰਨਾ ਮਰਜੀ ਵਿਖਾਈ ਜਾਈਏ। ਕਿ ਅਸੀਂ ਹੰਸਾਂ ਜੀ ਅਸੀਂ ਤਾਂ ਬੜੇ ਚੰਗੇ ਆ ਜੀ। ਪਰ ਪਾਰਬ੍ਰह्म ਪਰਮੇਸ਼ਰ ਦੀ ਦ੍ਰਿਸ਼ਟੀ ਤਾਂ ਪਰਖਦੀ ਹੈ ਨਾ। ਅਕਾਲ ਪੁਰਖ ਦੀ ਨਿਗਾਹ ਤਾਂ ਜਾਣਦੀ ਐ ਨਾ ਵੀ ਕਿਹੜਾ ਹੰਸ ਐ ਤੇ ਕਿਹੜਾ ਬਗਲਾ ਐ ਉਹ ਸਭ ਬਾਰੇ ਜਾਣਦਾ ਹੈ ਤੂੰ ਸਭਨੀ ਥਾਈ ਜਿੱਥੇ ਹਾ ਜਾਏ ਸਾਚਾ ਸਿਰਜਨਹਾਰ ਜੀਓ اے ਪ੍ਰਭੂ ਤੂੰ ਸਭਨਾ ਥਾਵਾਂ ਤੇ ਹੈ ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਹੀ ਤੂੰ ਹਾਜ਼ਰ ਹੈ ਤੂੰ ਮੇਰਾ ਰਾਖਾ ਸਭਨੀ ਥਾਈ 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 اے ਪ੍ਰਭੂ ਮੈਂ ਜਿੱਥੇ ਜਾਂਦਾ ਹਾਂ ਤੂੰ ਉੱਥੇ ਹਾਜ਼ਰ ਹੈ ਪਰ へ ਦਾਤਾ ਜੀ ਤੁਸੀਂ ਸਿਰਜਣਹਾਰ ਹੋ ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਹੋ ਬਣਾਉਣ ਵਾਲੇ ਹੋ ਜਿਨਾ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਮਨ ਕਰਕੇ ਧਿਆਇਆ ਤਿਨਾਂ ਨੇ ਆਤਮਿਕ ਸੁਖ ਦੀ ਪ੍ਰਾਪਤੀ ਕੀਤੀ ਤੇ ਜਿਹੜੇ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਧਿਆਉਂਦੇ ਐ ਆਤਮਿਕ ਸੁੱਖ ਨੂੰ ਪ੍ਰਾਪਤ ਕਰਦੇ ਐ ਮਹਾਰਾਜ ਜੀ ਕਹਿੰਦੇ ਓ ਇਹ ਸੰਸਾਰ 'ਚ ਬਿਰਲੇ ਨੇ ਤੇ ਬਿਰਲੇ ਸੰਸਾਰ ਜੀਓ ਓ ਇਹ ਸੰਸਾਰ 'ਚ ਬਿਰਲੇ ਨੇ ਹੈਣ ਬਿਰਲੇ ਨਾਹੀ ਕਣੇ ਜਿਹੜਾ ਤਤ ਹੁੰਦਾ ਨਾ ਤਤ ਉਹ ਥੋੜਾ ਹੀ ਹੁੰਦਾ ਲੱਸੀ ਦਾ ਘੜਾ ਭਰਿਆ ਹੁੰਦਾ ਵਿੱਚੋਂ ਮੱਖਣ ਥੋੜਾ ਹੀ ਨਿਕਲਦਾ ਤੱਤ ਥੋੜਾ ਹੀ ਹੋਵੇਗਾ ਮੱਖਣ ਚੋਂ ਫਿਰ ਅੱਗੇ ਘਿਓ ਕੱਢਣਾ ਤੇ ਫਿਰ ਉਹਦੇ ਵਿੱਚ ਹੋਰ ਥੋੜਾ ਹੋ ਜਾਂਦਾ ਕਿਉਂਕਿ ਜਿਵੇਂ ਜਿਵੇਂ ਤੱਤ ਹੁੰਦਾ ਚਲਾ ਜਾਏਗਾ ਤਵੇਂ-ਤਵੇਂ ਉਹਦੀ ਜਿਹੜੀ ਬੌਲਤਾ ਹੈ ਉਹ ਘਟਦੀ ਚਲੀ ਜਾਏਗੀ ਉਹ ਵੱਧ ਨਹੀਂ ਹੋਵੇਗਾ ਪਰ ਜਿੰਨਾ ਥੋੜਾ ਹੋਵੇਗਾ ਉਨਾਂ ਹੀ ਕੀਮਤੀ ਹੁੰਦਾ ਚਲਾ ਜਾਏਗਾ ਔਰ ਉਤਨੀ ਉਹਦੀ ਵਡਿਆਈ ਉਹਦੀ ਖਾਸੀਅਤ ਉਹਦੀ ਖੂਬੀ ਉਤਨੀ ਉਜਾਗਰ ਹੁੰਦੀ ਚਲੀ ਜਾਏਗੀ ਇਹ ਸੰਸਾਰ ਦੇ ਵਿੱਚ ਜਿਹੜਾ ਤੱਤ ਹੈ ਨਾ ਪਰਮੇਸ਼ਰ ਦੇ ਭਜਨ ਕਰਨ ਵਾਲਿਓ ਥੋੜੇ ਆ ਬਿਲਕੁਲ ਵਿਰਲੇ ਤੇ ਜਿੰਨੇ ਵਿਰਲੇ ਨੇ ਉਹਨਾਂ ਦਾ ਪ੍ਰਤਾਪ ਉਨਹੀਂ ਸੰਸਾਰ 'ਚ ਉਜਾਗਰ ਹੁੰਦਾ ਜਿੰਨੇ ਵਿਰਲੇ ਉਹਨਾਂ ਦੀ ਮਹਿਮਾ ਉਤਨੀ ਉਜਾਗਰ ਬਨਾਰਸ ਵਿੱਚ ਕਬੀਰ ਜੀ ਦੇ ਸਮਕਾਲੀ ਹੋਰ ਵੀ ਬਹੁਤ ਹੋਣਗੇ ਜਿਹੜੇ ਉੱਥੇ ਰਹਿੰਦੇ ਹੋਣਗੇ ਵੱਡੇ ਵੱਡੇ ਰਾਜੇ ਵੀ ਸੀ ਰਾਣੇ ਵੀ ਸੀ ਸ਼ੌਕਰ ਵੀ ਸੀ ਜਿਨ੍ਹਾਂ ਦੀ ਉਦੋਂ ਤੂਤੀ ਬੋਲਦੀ ਹੋਵੇਗੀ ਨਾਮ ਦੀ ਸੋਭਾ ਹੋਵੇਗੀ ਪਰ ਕਬੀਰ ਜੀ ਦੀ ਜਿੰਨੀ ਸੋਭਾ ਸੰਸਾਰ 'ਚ ਉਜਾਗਰ ਹੋਈ ਉਹਨਾਂ ਵਿੱਚੋਂ ਹੋਰ ਕਿਸੇ ਦੀ ਨਜ਼ਰ ਨਹੀਂ ਆਉਂਦੀ ਇਹਦਾ ਕਾਰਨ ਕਿ ਤਤ ਦੀ ਸੋਭਾ ਹੁੰਦੀ ਜੋ ਤਤ ਹੈ ਉਹ ਸੰਸਾਰ ਚ ਜਾਗਰ ਹੋਣਾ ਕਹਿ ਦਿੰਨੇ ਆ ਕਿ ਪੰਥ ਦੀ ਗਿਣਤੀ ਸਿੱਖਾਂ ਦੀ ਗਿਣਤੀ ਪੂਰੇ ਸੰਸਾਰ ਭਰ ਦੇ ਵਿੱਚ ਵੇਖੀਏ ਤਾਂ ਸਾਰੇ ਸੰਸਾਰ ਦੇ ਧਰਮਾਂ ਵਿੱਚੋਂ ਸਾਰੇ ਸੰਸਾਰ ਦੇ ਲੋਕਾਂ ਵਿੱਚੋਂ ਸਾਡੀ ਗਿਣਤੀ ਘੱਟ ਹੈ ਪਰ ਚੇਤੇ ਰੱਖਿਓ ਤਤ ਘੱਟ ਹੀ ਹੁੰਦਾ ਹੈ ਦੁਸ਼ਮਣ ਕਹਿੰਦਾ ਸੀ ਉਹ ਤੁਸੀਂ ਲੂਣ ਵਾਂਗੂ ਹੋ ਅਸੀਂ ਆਟਾ ਤੇ ਸਿੰਘਾਂ ਦਾ ਜਵਾਬ ਹੁੰਦਾ ਸੀ ਠੀਕ ਹੈ ਅਸੀਂ ਲੂਣ ਵਾਂਗੂ ਆਟੇ ਵਿੱਚ ਜਿਵੇਂ ਲੂਣ ਪਿਆ ਹੋਵੇ ਪਤਾ ਨਹੀਂ ਲੱਗਦਾ ਵੀ ਹੈ ਵੀ ਕਿ ਨਹੀਂ ਕਹਿੰਦੇ ਹੋ ਤੁਸੀਂ ਆਟੇ 'ਚ ਲੂਣ ਵਾਂਗੂ ਸਾਡੀ ਗਿਣਤੀ ਕਿੰਨੀ ਤੁਹਾਡੇ ਕਿੰਨੇ ਤੇ ਸਿੰਘ ਕਹਿੰਦੇ ਲੂਣ ਥੋੜਾ ਵੀ ਹੋਵੇ ਪਰ ਮਣਾ ਨੂੰ ਆਟੇ ਦਾ ਸਵਾਦ ਬਦਲ ਕੇ ਰੱਖ ਦਿੰਦਾ ਵਾਹ ਭਾਵੇਂ ਅਸੀਂ ਥੋੜੇ ਹਾਂ ਪਰ ਆਓ ਮੈਦਾਨੇ ਜੰਗ ਵਿੱਚ ਜੇ ਤੁਹਾਡੇ ਮੂੰਹ ਮੋੜ ਕੇ ਨਾ ਰੱਖ ਦਿੱਤੇ ਤਾਂ ਆਖਿਓ ਕਿ ਅਸੀਂ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਨਹੀਂ ਤਤ ਥੋੜਾ ਹੁੰਦਾ ਇਥੇ ਸਹਿਬ ਕਹਿ ਰਹੇ ਨੇ ਤੇ ਵਿਰਲੇ ਸੰਸਾਰ ਜੀਓ ਉਹ ਵਿਰਲੇ ਨੇ ਸੰਸਾਰ ਵਿੱਚ ਹੈਣ ਵਿਰਲੇ ਨਾਹੀ ਕਣੇ ਵਿਰਲੇ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ ਉਹ ਇਹ ਸੰਸਾਰ ਚ ਵਿਰਲੇ ਨੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਉਹ ਵਿਰਲੇ ਹਨ ਤਿੰਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ ਕਬ ਹੂ ਨਾ ਆਵਹਿ ਹਾਰ ਜਿਓ ਜਮ ਤਿੰਨਾਂ ਦੇ ਨੇੜੇ ਨਹੀਂ ਆਉਂਦਾ ਜਿਹੜੇ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਨੇ ਜਿਹੜੇ ਸ਼ਬਦ ਕਮਾਉਂਦੇ ਨੇ ਉਹ ਕਦੇ ਵੀ ਹਾਰ ਕੇ ਨਹੀਂ ਆਉਂਦੇ ਕਬ ਹੂ ਨਾ ਆਵਹਿ ਹਾਰ ਜਿਓ ਜਿਹੜੇ ਸਤਪੁਰਾਂ ਦਾ ਸ਼ਬਦ ਕਮਾਉਂਦੇ ਨੇ ਉਹ ਆਪਣੇ ਇਸ ਜਨਮ ਦੀ ਬਾਜ਼ੀ ਨੂੰ ਕਦੇ ਨਹੀਂ ਹਾਰਦੇ ਉਹ ਆਪਣੇ ਇਸ ਜਨਮ ਦੀ ਬਾਜ਼ੀ ਨੂੰ ਜਿੱਤ ਲੈਂਦੇ ਹਨ ਤੇ ਕਬ ਹੂ ਨਾ ਹਾਰ ਹੈ ਹਾਰ ਹਰ ਗੁਣ ਸਾਰ ਹੈ ਤਿੰਨ ਜਮ ਨੇੜ ਨ ਆਵ ਉਹ ਕਦੇ ਆਪਣੇ ਜਨਮ ਦੀ ਬਾਜ਼ੀ ਨੂੰ ਨਹੀਂ ਹਾਰਦੇ ਹਰੀਆ ਕਾਲਪੁਰਖ ਨਿਰੰਕਾਰ ਪਾਰਬ੍ਰह्म ਪਰਮੇਸ਼ਰ ਦੇ ਗੁਣਾਂ ਅਨੁਸਾਰ ਦੇ ਸੰਭਾਲਦੇ ਨੇ ਔਰ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ ਤਿੰਨ ਜਮ ਨੇੜ ਨਾ ਆਵੇ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ ਜਮਣ ਮਾਰਣ ਤਿਨਾ ਕਾ ਚੂਕਾ ਜੋ ਹਰ ਲਾਕੇ ਪਾਵੈ ਪਾਤਸ਼ਾਹ ਕਹਿੰਦੇ ਜਿਹੜੇ ਹਰੀ ਦੇ ਚਰਨੀ ਲੱਗ ਗਏ ਉਹ ਨਾ ਜੰਮਦੇ ਨੇ ਤੇ ਨਾ ਹੀ ਮਰਦੇ ਨੇ ਉਹਨਾਂ ਦਾ ਜੰਮਣਾ ਮਰਨਾ ਮਿਟ ਜਾਂਦਾ ਜੰਮਣ ਮਰਨ ਤੇ ਨਾ ਕਾ ਚੂਕਾ ਬੜਾ ਵੱਡਾ ਦੁੱਖ ਹੈ ਜੰਮਣਾ ਤੇ ਮਰਨਾ ਬਾਰ ਬਾਰ ਜਨਮਣਾ ਬਾਰ ਬਾਰ ਮਰਨਾ ਏ 84 ਦਾ ਗੇੜ ਬੜਾ ਲੰਮਾ ਪੱਥਰ ਦੀ ਜੋਨ ਪੈ ਗਏ ਤੇ ਕਈ ਯੁੱਗ ਤੱਕ ਪੱਥਰ ਦੀ ਜੋਨ ਹੀ ਖਤਮ ਨਹੀਂ ਹੁੰਦੀ। ਬੜਾ ਵੱਡਾ ਗੇੜਾ 84 ਦਾ। ਇਹ ਜੋ ਜੋ ਵੀ ਦਿਖ ਰਿਹਾ ਸਭ ਜੂਨੀਆਂ ਨੇ। ਬਹੁਤ ਕੁਝ ਐਸਾ ਜਿਹੜਾ ਨਹੀਂ ਦਿਸਦਾ ਜੂਨੀਆਂ ਉਹ ਵੀ ਨੇ। ਆ ਸੂਖਮ ਵਰਤਾਰੇ ਵਿੱਚ ਜਿੰਨਾ ਵੀ ਕੁਝ ਵਰਤ ਰਿਹਾ ਹੈ ਵੀ ਤਾਂ ਜੂਨੀਆਂ ਹੀ ਨੇ ਨਾ। ਆ ਜਿੰਨੇ ਦੇਵੀਆਂ ਦੇਵਤੇ ਨਜ਼ਰ ਨਹੀਂ ਆਉਂਦੇ ਵੀ ਜੂਨੀਆਂ ਹੀ ਨੇ ਕਿਤੇ ਨਾ ਕਿਤੇ ਕਿਸੇ ਕਿਸੇ ਤੋਂ ਪੈਦਾ ਹੋਏ ਨੇ ਨਾ ਅਕਾਲ ਪੁਰਖ ਹੀ ਇਹ ਜੂਨੀਆਂ ਬਾਕੀ ਤਾਂ ਸਭ ਜੂਨੀਆਂ ਵਿੱਚ ਹੀ ਹੈ ਅਜੰਨਾ ਵੀ ਵਰਤਾਰਾ ਨਜ਼ਰ ਆ ਰਿਹਾ ਹੈ ਤੋ ਇਹ ਬੜਾ ਵੱਡਾ ਢੇੜਾ ਹੈ ਜੂਨੀਆਂ ਦਾ 84 ਲੱਖ ਜੂਨੀਆਂ ਦਾ ਬੜਾ ਵੱਡਾ ਢੇੜਾ ਇਹਦੇ ਤੋਂ ਹੀ ਮੁਕਤ ਹੋ ਸਕਦਾ ਜਿਹਦੇ ਤੇ ਨਿਰੰਕਾਰ ਅਕਾਲ ਪੁਰਖ ਵਿਧਾਤੇ ਪਰਮੇਸ਼ਰ ਦੀ ਕਿਰਪਾ ਹੋਵੇ ਬਿਨਾ ਨਿਰੰਕਾਰ ਦੀ ਕਿਰਪਾ ਤੋਂ ਅਕਾਲ ਪੁਰਖ ਦੀ ਦਇਆ ਤੋਂ ਕਿਸੇ ਦੀ ਬੰਦ ਖਲਾਸੀ ਨਹੀਂ ਹੋ ਸਕਦੀ ਮਹਾਰਾਜ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਚਰਨੀ ਲੱਗ ਗਏ ਅਕਾਲ ਪੁਰਖ ਦੇ ਚਰਨੀ ਲੱਗ ਗਏ ਉਹਨਾਂ ਦਾ ਜੰਮਣਾ ਮਰਣਾ ਮਿਟ ਗਿਆ ਜੰਮਣ ਮਰਨ ਤਿਨਾ ਕਾ ਚੂਕਾ ਉਹਨਾਂ ਦਾ ਜੰਮਣਾ ਮਰਨਾ ਚੁੱਕ ਗਿਆ ਦੂਰ ਹੋ ਗਿਆ ਜਿਹੜੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨੀ ਲੱਗੇ ਗੁਰਮਤ ਹਰ ਰਸ ਹਾਰ ਫਲ ਪਾਇਆ ਹਰ ਹਰ ਨਾਮ ਓਰ ਧਾਰ ਜਿਉ ਗੁਰੂ ਦੀ ਮਤ ਦੁਆਰਾ ਜਿਨ੍ਹਾਂ ਨੇ ਹਰੀ ਦੇ ਨਾਮ ਰਸ ਨੂੰ ਮਾਣਿਆ ਉਹ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਐ। ਉਹੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਜਿਹੜੇ ਗੁਰੂ ਦੀ ਮੱਤ ਦੁਆਰਾ ਹਰੀ ਦੇ ਰਸ ਨੂੰ ਮਾਣਦੇ ਨੇ ਔਰ ਤਿਨਾਂ ਨੇ ਆਪਣੇ ਹਿਰਦੇ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਸਾਇਆ ਹੈ। ਅੰਮ੍ਰਿਤ ਨਾਮ ਨੂੰ ਧਾਰਨ ਕੀਤਾ ਹੈ। ਜਿਨਾਂ ਇੱਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਜਿਨ੍ਹਾਂ ਨੇ ਇੱਕ ਮਨ ਇੱਕ ਚਿਤ ਹੋ ਕੇ ਪਰਮੇਸ਼ਰ ਨੂੰ ਧਿਆਇਆ ਤਿਨਾਂ ਨੇ ਸੁਖ ਪ੍ਰਾਪਤ ਕੀਤਾ ਤੇ ਐਸੇ ਸੰਸਾਰ ਵਿੱਚ ਵਿਰਲੇ ਨੇ ਜਿਨ੍ਹਾਂ ਨੇ ਨਾਮ ਜਪਿਆ ਨਾਮ ਧਿਆਇਆ ਤੇ ਨਾਮ ਅਰਧਿਆ ਹੈ ਜਿਨ ਜਗਤ ਉਪਾਇਆ ਤੰਦ ਲਾਇਆ ਤਿਸੇ ਵਿਟੋ ਹੋਂ ਕੁਰਬਾਨ ਜਿਓ ਜਿਸ ਵਾਹਿਗੁਰੂ ਨੇ ਜਗਤ ਪੈਦਾ ਕੀਤਾ ਉਸੇ ਨੇ ਸਭ ਨੂੰ ਤੰਦਿਆਂ ਚਲਾਇਆ ਜਨ ਜਗਤ ਉਪਾਇਆ ਤੰਦ ਲਾਇਆ ਜਿਸ ਨੇ ਸਾਰੇ ਜਗਤ ਨੂੰ ਪੈਦਾ ਕਰਕੇ ਤੰਦਿਆਂ ਚਲਾਇਆ ਤਸਾਹਿ ਬਟੋ ਕੁਰਬਾਨ ਜਿਓ ਕਹਿੰਦੇ ਉਸ ਵੈਗੁਰੂ ਤੋਂ ਉਸ ਅਕਾਲ ਪੁਰਖ ਤੋਂ ਮੈਂ ਕੁਰਬਾਨ ਜਾਵਾਂ ਉਸ ਨਰੰਕਾਰ ਵੈਗੁਰੂ ਪਰਮ ਪਰਮੇਸ਼ਰ ਤੋਂ ਮੈਂ ਬਲਿਹਾਰ ਜਾਵਾਂ ਤਾਂ ਕੀ ਸੇਵ ਕਰਿਜੈ ਲਾਹਾਲਿਜ ਹਰ ਦਰਗਹਿ ਪਾਈਆ ਮਾਨ ਜੀਓ ਉਸ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਕਰੀਏ ਤਾਂ ਕਿ ਸੇਵ ਕਰੀ ਜਾ ਉਹਦੀ ਸੇਵਾ ਕਰੀਏ ਉਹਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰੀਏ ਜਦੋਂ ਇਹ ਲਾਹਾ ਪ੍ਰਾਪਤ ਕਰੋਗੇ ਤਾਂ ਫਿਰ ਨਿਰੰਕਾਰ ਪਰਮੇਸ਼ਰ ਦੀ ਦਰਗਾਹ ਵਿੱਚ ਮਾਨ ਪ੍ਰਾਪਤ ਹੋਵੇਗਾ ਜਿਨ੍ਹਾਂ ਕੋਲ ਨਾਮ ਦਾ ਲਾਹਾ ਹੋਵੇਗਾ ਨਾ ਅਕਾਲ ਪੁਰਖ ਦੀ ਦਰਗਾਹ 'ਚ ਉਹਨਾਂ ਦਾ ਹੀ ਮਾਣ ਹੋਣਾ। ਉਹਨਾਂ ਨੂੰ ਫਿਰ ਰੇਰੇ ਦਰਗਹਿ ਕਹਿ ਨਾ ਪਾਉ। ਇਦਾਂ ਨਹੀਂ ਕਹਿਣਗੇ ਰੇਰੇ ਪਿੱਛੇ ਹਟ ਜਾ ਇਦਾਂ ਨਹੀਂ ਆਖਣਗੇ। ਸਗੋਂ ਨਿਰੰਕਾਰ ਦੇ ਘਰ ਵਿੱਚ ਉਹਨਾਂ ਦਾ ਸਤਕਾਰ ਹੋਵੇਗਾ। ਓ ਜੀ ਬੈਠੋ ਜੀ। ਇਦਾਂ ادب ਹੋਵੇਗਾ। ਜਿਨਾ ਕੋਲ ਨਾਮ ਦਾ ਲਾਹਾ ਹੈ ਉਹ ਆਕਾਲ ਪੁਰਖ ਵੈਗੁਰੂ ਪਰਮੇਸ਼ਰ ਦੇ ਘਰ ਵਿੱਚ ਨਿਰੰਕਾਰ ਦੀ ਦਰਗਾਹ ਵਿੱਚ ਮਾਨ ਪਾਉਣਗੇ। ਹਰ ਦਰਗਹ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣ। ਅਸਲੀ ਦਰਗਾਹ ਵਿੱਚ ਉਹੀ ਜਨ ਮਾਨ ਪਾਉਂਦੇ ਹਨ ਜਿਹੜੇ ਨਰ ਉਸ ਇੱਕ ਨਿਰੰਕਾਰ ਆਕਾਲ ਪੁਰਖ ਪਰਮੇਸ਼ਰ ਨੂੰ ਪਛਾਣਦੇ। ਜਿਹੜੇ ਉਸ ਇੱਕ ਨੂੰ ਪਛਾਣਦੇ ਨੇ ਉਹੀ ਹਰੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ ਓਹ ਨਾਮ ਨਿਤ ਪਾਵੇ ਗੁਰਮਤ ਹਰ ਧਿਆਵੇ ਨਿਤ ਹਰ ਗੁਣ ਆਖ ਬਖਾਣ ਓਹ ਨੋ ਨਿਤਿਆਂ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ ਜਿਹੜਾ ਗੁਰੂ ਦੀ ਮਤ ਲੈ ਕੇ ਹਰੀ ਨੂੰ ਧਿਆਉਂਦਾ ਉਰੋ ਨਿਤ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਆਖਦਾ ਹੈ ਅਕਾਲ ਪੁਰਖ ਦੇ ਗੁਣਾਂ ਨੂੰ ਵਿਖਾਣਦਾ ਹੈ ਅਹਨਿਸ ਨਾਮ ਤਿਸੈ ਕਾ ਦੀਜੈ ਹਰ ਊਤਮ ਪੁਰਖ ਪਰਧਾਨ ਜੀਓ ਇਹ ਭਾਈ ਰਾਤ ਦਿਨ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਵੋ ਹਨਸ ਨਾਮ ਤਸੈ ਕਾਲੀ ਜੈ ਰਾਤ ਦਿਨ ਉਸ ਵਹਿਗੁਰੂ ਦਾ ਨਾਮ ਲਉ ਭਾਈ ਹਰ ਉਤਮ ਪੁਰਖ ਪ੍ਰਧਾਨ ਜਿਉ ਉਹ ਹਰੀ ਉਤਮ ਪੁਰਖ ਹੈ ਪ੍ਰਧਾਨ ਹੈ ਮੁਖੀ ਹੈ ਉਹਦਾ ਨਾਮ ਲਉ ਭਾਈ ਉਹਦਾ ਨਾਮ ਜਪੋ ਰਾਤ ਦਿਨ ਉਸ ਦੇ ਨਾਮ ਦੀ ਆराधना ਕਰੋ ਜਿਨ ਜਗਤ ਉਪਾਇਆ ਤੰਦੈ ਲਾਇਆ ਹਾਤੀਸ ਬਿਟੋ ਹੋਂ ਕੁਰਬਾਨ ਜੀਓ ਜਿਸ ਨੇ ਇਹ ਜਗਤ ਪੈਦਾ ਕੀਤਾ ਉਸੇ ਨੇ ਸੰਸਾਰ ਦੇ ਸਾਰੇ ਜੀਵਾਂ ਨੂੰ ਤੰਦਿਆਂ ਚ ਲਾਇਆ ਹੋਇਆ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ ਉਹਦੇ ਤੋਂ ਵਾਰੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਆਪਣੇ ਸਹਿਬ ਤੋਂ ਵਾਰੇ ਜਾਂਦਾ ਹਾਂ ਆਪਣੇ ਮਾਲਕ ਤੋਂ ਕੁਰਬਾਨ ਜਾਂਦਾ ਹਾਂ ਨਾਮ ਲੈਣ ਸੋਹ ਹੈ ਤਿੰਨ ਸੁਖ ਫਲ ਹੋਵਹਿ ਮਾਨਹਿ ਸੇ ਜਿਣ ਜਾਹੇ ਜੀਉ ਜਿਹੜੇ ਰਸਨਾ ਨਾਲ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਰਸਨਾ ਨਾਲ ਪਰਮੇਸ਼ਰ ਦਾ ਨਾਮ ਲੈਂਦੇ ਐ ਉਹ ਸੋਭਦੇ ਹਨ ਉਹੀ ਸੋਹਦੇ ਹਨ ਗੁਰੂ ਸਾਹਿਬ ਦੇ ਚਰਨਾਂ 'ਚ ਜਿਹੜੇ ਨਾਮ ਲੈਂਦੇ ਆ ਨਾਮ ਲੈਨ ਸੇ ਸੋਹ ਹੈ ਜਿਹੜੇ ਨਾਮ ਲੈਂਦੇ ਨੇ ਉਹੀ ਸੋਭਦੇ ਨੇ ਤਿੰਨ ਸੁਖ ਹੋਵਹਿ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਮਨ ਹੈ ਸੇ ਜਿਣ ਜਾਹੇ ਜੀਉ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਮੰਨਦੇ ਨੇ ਮਹਾਰਾਜ ਜੀ ਕਹਿੰਦੇ ਹੋ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ ਜਿਣ ਜਾਹੇ ਜਿਓ ਉਹ ਜਿੱਤ ਜਾਂਦੇ ਨੇ ਆਪਣੇ ਜਨਮ ਦੀ ਬਾਜੀ ਨੂੰ ਤਿੰਨ ਫਲ ਤੋਟ ਨਾ ਆਵੇ ਜਾ ਤਿਸ ਪਾਵੇ ਜੇ ਜੁਗ ਕੇਤੇ ਜਾਹੇ ਜਿਓ ਪ੍ਰਣਾਮੋ ਮੁਕਤੀ ਰੂਪੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਰੋਨਾ ਨੂੰ ਕੋਈ ਟੋਟਾ ਨਹੀਂ ਰਹਿੰਦਾ। ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾਕੀ ਕੰਗੀਆਂ ਫਿਰ ਉਹਨੂੰ ਕਾਹਦਾ ਟੋਟਾ ਜਿਹਦਾ ਸਵਾਮੀ ਅਕਾਲ ਪੁਰਖ ਪਰਮੇਸ਼ਰ ਹੈ। ਜਾ ਤਿਸ ਭਾਵੈ ਜੇ ਉਹਨੂੰ ਪਾਵੇ ਤਾ ਫਿਰ ਉਹਨੂੰ ਕੋਈ ਟੋਟਾ ਨਹੀਂ ਜੇ ਜੁਗ ਕੇਤੇ ਜਾਹੇ ਜੀਉ ਭਵੇਂ ਕਰੋੜਾਂ ਜੁਗ ਨਾ ਬੀਤ ਜਾਣ ਉਹਨੂੰ ਖਰਚਦਿਆਂ ਖਰਚਦਿਆਂ ਜਿਹੜਾ ਉਹਨੂੰ ਭਾ ਗਿਆ ਉਹਨੂੰ ਕਦੇ ਟੋਟਾ ਆਉਂਦਾ ਹੀ ਨਹੀਂ ਐਸਾ ਹੋ ਜਾਂਦਾ ਉਹ ਹਾਂਜੀ ਜੇ ਜੁਗ ਕੇਤੇ ਜਾਹੇ ਸੁਆਮੀ ਦਨ ਫਲ ਟੋਟ ਨਾ ਆਵੈ ਇਹ ਫਲ ਪਰਮੇਸ਼ਰ ਨੇ ਆਪਣਾ ਭਜਨ ਕਰਨ ਵਾਲਿਆਂ ਨੂੰ ਬਖਸ਼ ਦਿੱਤਾ ਹੈ ਨਾ ਭਾਵੇਂ ਕਰੋੜਾਂ ਯੁਗ ਤਾਂ ਕੀ ਅਰਬਾਂ ਖਰਬਾਂ ਯੁਗ ਬੀਤ ਜਾਣ ਉਹ ਫਲ ਨੂੰ ਖਾਂਦਿਆਂ ਖਾਂਦਿਆਂ ਟੋਟਾ ਆਉਂਦਾ ਹੀ ਨਹੀਂ ਕਾਟਾ ਆਉਂਦਾ ਹੀ ਨਹੀਂ ਜੋਗਾ ਪਹਿਲਾਂ ਭਗਤੀ ਕੀਤੀ ਭਗਤ ਪ੍ਰਹਿਲਾਦ ਨੇ ਕਿ ਉਹਨਾਂ ਦੇ ਕੀਪਤੀ ਭਗਤੀ ਦਾ ਫਲ ਜੋ ਉਹਨਾਂ ਨੂੰ ਮਿਲਿਆ ਉਹਦੇ 'ਚ ਟੋਟਾ ਆਉਂਦਾ ਅੱਜ ਵੀ ਉਸੇ ਤਰ੍ਹਾਂ ਭਗਤ ਜੀ ਦਾ ਨਾਮ ਲੈ ਕੇ ਅਸੀਂ ਸਜਦਾ ਕਰਦੇ ਹਾਂ ਨਮਸਕਾਰ ਭਗਤ ਪ੍ਰਹਿਲਾਦ ਬਾਦਸ਼ਾਹ ਜਦੋਂ ਉਦਾਹਰਣ ਵੀ ਦਿੰਦੇ ਤੇ ਕਹਿੰਦੇ RAM ਜਪੋ ਜੀ ਐਸੇ ਐਸੇ ਥੂ ਪ੍ਰਹਿਲਾਦ ਜਪਿਓ ਹਰ ਗੈਸ ਟੋਟਾ ਨਹੀਂ ਅਕਾਲ ਪੁਰਖ ਦੀ ਬੰਦਗੀ ਦੇ ਕੀਤੇ ਫਲ ਵਿੱਚ ਟੋਟਾ ਨਹੀਂ ਆਉਂਦਾ ਭਾਵੇਂ ਜੁਗਾਂ ਦਾ ਸਮਾਂ ਬੀਤ ਜਾਵੇ ਤਿੰਨ ਜਰਾ ਨਾ ਮਰਨਾ ਨਰਕ ਨਾ ਪਰਣਾ ਜੋ ਹਰ ਨਾਮ ਧਿਆਵੈ ਜਿਹੜੇ ਹਰੀ ਪਰਮੇਸ਼ਰ ਦਾ ਨਾਮ ਧਿਆਉਂਦੇ ਆ ਨਾ ਉਹਨਾਂ ਨੂੰ ਬੜੇਪਾ ਵਿਆਪਦਾ ਤੇ ਨਾ ਹੀ ਮੌਤ ਵਿਆਪਦੀ ਆ ਤੇ ਨਾ ਹੀ ਉਹ ਨਰਕਾਂ 'ਚ ਪੈਂਦੇ ਤਿੰਨ ਜਰਾ ਨਾ ਮਰਨਾ ਨਰਕ ਨਾ ਪਰਣਾ ਉਹ ਨਾ ਬੜੇਪੇ ਕਰਕੇ ਦੁਖੀ ਨਾਵ ਮਰਦੇ ਆ ਤੇ ਨਾ ਹੀ ਉਹ ਨਰਕਾਂ ਚ ਪੈਂਦੇ ਆ ਭਲਾ ਕੌਣ ਜੋ ਹਰ ਨਾਮ ਧਿਆਵੈ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਹਰ ਹਰ ਕਰ ਹੈ ਸੇ ਸੂਕੈ ਨਾਹੀ ਨਾਨਕ ਪੀੜ ਨਾ ਖਾਹੇ ਜੀਉ ਜਿਹੜੇ ਹਰੀ ਹਰੀ ਦਾ ਜਾਪ ਜਪਦੇ ਉਹ ਸੁੱਕਦੇ ਨਹੀਂ ਸੁਕਣ ਦਾ ਇੱਥੇ ਕੀ ਮਤਲਬ ਹੈ ਸੁਕਣ ਦਾ ਮਤਲਬ ਹੁੰਦਾ ਦੁਖੀ ਹੋਣਾ ਸ਼ੋਕ ਸਹਿਤ ਹੋਣਾ ਕਹਿੰਦੇ ਉਹ ਕਦੇ ਦੁਖੀ ਨਹੀਂ ਹੁੰਦੇ ਜਿਹੜੇ ਹਰੀ ਦਾ ਨਾਮ ਧਿਆਉਂਦੇ ਐ ਔਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪੀੜਾ ਨਹੀਂ ਵਿਆਪਦੀ ਉਹ ਕੋਈ ਪੀੜ ਨਹੀਂ ਖਾਂਦੇ ਯਾਨੀ ਕਿ ਸਦਾ ਹੀ ਖੇੜੇ ਤੇ ਵਿਗਾਸ ਵਿੱਚ ਰਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਉਹ ਸਦਾ ਹੀ ਖੇੜੇ ਵਿੱਚ ਤੇ ਵਿਗਾਸ ਵਿੱਚ ਰਹਿੰਦੇ ਐ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਅਕਾਲ ਪੁਰਖ ਜੀ ਦੇ ਨਾਮ ਦੀ ਅਰਾਧਨਾ ਕਰਦੇ ਹਨ ਉਹ ਕਦੇ ਕਿਸੇ ਦੁੱਖ ਕਰਕੇ ਆਤੁਰ ਨਹੀਂ ਹੁੰਦੇ ਪਰ ਨਾ ਕਿਸੇ ਪੀੜਾ ਕਰਕੇ ਉਹ ਵਿਆਕੁਲ ਹੁੰਦੇ ਹਨ ਨਾਮ ਲੈਣ ਸੋਹ ਹੈ ਤੇਨਾਂ ਸੁਖ ਫਲ ਹੋਵਹਿ ਜਿਹੜੇ ਪਰਮੇਸ਼ਰ ਦਾ ਨਾਮ ਲੈਂਦੇ ਐ ਉਹ ਲੋਕ ਪਰਲੋਕ ਦੋਹਾਂ ਜਹਾਨਾਂ ਚ ਸੋਭਦੇ ਹਨ ਉਹਨਾਂ ਨੂੰ ਆਤਮਿਕ ਸੁਖ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਬ੍ਰਹਮ ਸਰੂਪ ਉਹਨਾਂ ਅੰਦਰ ਸਾਕਸ਼ਾਤਕਾਰ ਹੋ ਜਾਂਦਾ ਹੈ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਾਰਬ੍ਰਮ ਪਰਮੇਸ਼ਰ ਦਾ ਅਮਰਤ ਨਾਮ ਲੈਂਦੇ ਹਨ ਮਾਨਹਿ ਸੇ ਜਣ ਜਾਹੇ ਜੀਵ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮੁਕਤੀ ਫਲ ਬਰਦਾਤਾ ਮੰਨਦੇ ਨੇ ਕਿ ਉਹਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਜਿਨ੍ਹਾਂ ਨੇ ਮੰਨ ਲਿਆ ਔਰ ਮੰਨ ਕੇ ਫਿਰ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਮਹਾਰਾਜ ਜੀ ਕਹਿੰਦੇ ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਤੋਂ ਜਾਂਦੇ ਨੇ ਜਿੰਨ ਦਾ ਮਤਲਬ ਹੁੰਦਾ ਜਿੱਤ ਜਾਣਾ ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਤੋਂ ਜਾਂਦੇ ਨੇ ਜਿਹੜੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਮੰਨਦੇ ਹਨ ਗੁਰਦੇਵ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸ ਜਾਵੇ ਗੋਇੰਗ ਆਣੇਕ ਪ੍ਰਕਾਰ ਦੀਆਂ ਪੁੱਲਾਂ ਚੁਕਾਂ ਦੀ ਖਿਮਾ ਕਰਨੀ ਅਰਦਾਸ ਕਰਨੀ ਸਤਿਗੁਰੂ ਜੀ ਅਗਾ ਵਾਸਤੇ ਸਦਬੁੱਧੀ ਤੇ ਸਮਤ ਪ੍ਰਦਾਨ ਕਰਨ ਵਾਹਿਗੁਰੂ 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 ਵਾਹਿਗੁਰੂ